ਇਹ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਹੈ ਜਿਹੜਾ ਕਿ ਲੋਕ ਬੜੇ ਜਸ਼ਨ ਨਾਲ ਮਨਾ ਰਹੇ ਨੇ। ਆਪੋ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਆਪਣੇ ਵੋਟ ਦਾ ਇਸਤੇਮਾਲ ਕਰ ਰਹੇ ਨੇ, ਕਿਉਂਕਿ ਵੋਟ ਦੀ ਬਹੁਤ ਵੱਡੀ ਤਾਕਤ। ਜੇ ਅੱਜ ਸਾਡਾ ਦੇਸ਼ ਤਰੱਕੀ ਕਰ ਰਿਹਾ, ਵੱਡੀ ਤਾਕਤ ਬਣ ਚੁੱਕਿਆ ਪੂਰੇ ਸੰਸਾਰ ਦੇ ਵਿੱਚ, ਤਾਂ ਉਹ ਇਹ ਵੋਟ ਕਰਕੇ। ਲੋਕਤੰਤਰ ਜਿਹੜਾ ਸਾਡਾ ਦੇਸ਼ ਦਾ ਸਭ ਤੋਂ ਵੱਡਾ ਮਜ਼ਬੂਤ ਆ, ਸਾਡਾ ਇਹ ਥੰਮ ਹੈ, ਤੋ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਲੋਕਤੰਤਰ ਵਿੱਚ ਹੈ। ਲੋਕਤੰਤਰ ਦੇ ਅੰਦਰ ਲੋਕਾਂ ਨੂੰ ਅਨਿਆਇ ਔਰ ਜਿਹੜਾ ਇਨਸਾਫ ਮਿਲਦਾ ਔਰ ਨਿਆਏ ਮਿਲਦਾ ਔਰ ਲੋਕ ਆਪਣੇ ਹੱਕਾਂ ਦੇ ਲਈ ਲੜ ਸਕਦੇ ਨੇ। ਸੋ ਇਸ ਕਰਕੇ ਲੋਕਤੰਤਰ ਦੇ ਵਿੱਚ ਹੀ ਲੋਕਾਂ ਦਾ ਸਭ ਤੋਂ ਜ਼ਿਆਦਾ ਵਿਸ਼ਵਾਸ ਜਿਹੜਾ ਉਹ ਦੇਖਣ ਨੂੰ ਮਿਲਦਾ। ਸੋ ਇਸ ਕਰਕੇ ਅੱਜ ਅਸੀਂ ਸਾਰੇ ਇਸ ਤਿਉਹਾਰ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਹਾਂ ਔਰ ਚਾਹੁੰਦੇ ਹਾਂ ਕਿ ਚੰਗੀ ਸਰਕਾਰ ਬਣੇ, ਲੋਕਾਂ ਦੀ ਚੁਣੀ ਹੋਈ ਸਰਕਾਰ, ਤਾਂ ਕਿ ਅਸੀਂ ਜਿਹੜੀਆਂ ਵੈਲਫੇਅਰ ਸਕੀਮਸ ਨੇ ਉਹਨਾਂ ਨੂੰ ਹੋਰ ਅੱਗੇ ਵਧਾ ਸਕੀਏ। ਕਿੰਨਾ ਕੁ ਉਤਸ਼ਾਹ ਲੱਗਦਾ ਕਿ ਕਿੰਨੇ ਪਰਸੈਂਟੇਜ ਵੋਟ ਜਿਹੜੇ ਆ ਉਹਨਾਂ ਦੀ? ਦੇਖੋ ਮੈਂ ਤਾਂ ਇਹੀ ਅਪੀਲ ਕਰਾਂਗਾ ਕਿ ਹਰ ਵੋਟਰ ਨੂੰ ਵੋਟ ਪਾਉਣੀ ਚਾਹੀਦੀ ਹੈ। ਪਰਸੈਂਟੇਜ ਜਿਹੜੀ ਆ ਮੈਂ ਤਾਂ 100% ਪਰਸੈਂਟੇਜ ਦੀ ਮੰਗ ਕਰਦਾ ਕਿ ਜਿਹਦੀ ਵੀ ਵੋਟ ਬਣੀ ਹੋਈ ਆ, ਜਿਹਨੂੰ ਵੀ ਇਹ ਹੱਕ ਆ, ਉਹਨੂੰ ਆਪਣੇ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ। ਜਿਵੇਂ ਕਿ ਕਈ ਪਿੰਡਾਂ ਦੇ ਵਿੱਚ ਖੰਨੇ ਹਲਕੇ ਦੇ ਜੇ ਘੰਗਰਾਲੀ ਹੋ ਗਿਆ, ਗਾਜੀਪੁਰ ਹੋ ਗਿਆ, ਉੱਥੇ ਜਿਹੜੀਆਂ ਵੋਟਾਂ ਦਾ ਬਿਲਕੁਲ ਬਾਈਕਾਟ ਕਰਕੇ ਵੋਟਾਂ ਵੀ ਨਹੀਂ ਪਾਈਆਂ ਜਾ ਰਹੀਆਂ, ਉਹਦੇ ਬਾਰੇ ਕੀ ਕਹਿੰਦੇ? ਦੇਖੋ ਠੀਕ ਹੈ, ਕੋਈ ਵੱਡੀ ਸਮੱਸਿਆ ਕਿਸੇ ਪਿੰਡ ਦੀ ਆ, ਕਿਸੇ ਇਲਾਕੇ ਦੀ ਆ, ਲੋਕਾਂ ਦੀ ਆ, ਉਹ ਇੱਕ ਬਿਲਕੁਲ ਇੱਕ ਇਸ਼ੂ ਹੈਗਾ, ਮੈਂ ਸਮਝਦਾ ਇਸ ਗੱਲ ਨੂੰ। ਉੱਥੇ ਲੋਕਾਂ ਨੂੰ ਕਾਫੀ ਦਿੱਕਤ ਆ ਰਹੀ ਹੈ, ਪਰ ਇਹਦੇ ਨਾਲ ਵੋਟਾਂ ਦਾ ਬਾਈਕਆਊਟ ਕਰਕੇ ਕੋਈ ਹੱਲ ਨਹੀਂ ਹੈਗਾ। ਦੇਖੋ ਕਿਉਂਕਿ ਜੇ ਅਸੀਂ ਆਪਣੀ ਵੋਟ ਦਾ ਇਸਤੇਮਾਲ ਕਰਾਂਗੇ, ਆਪਣੀ ਵੋਟ ਨਾਲ ਅਸੀਂ ਸਰਕਾਰ ਬਣਾਵਾਂਗੇ, ਤਾਂ ਸਰਕਾਰ ਸਾਡਾ ਹੱਲ ਕੱਢੂਗੀ। ਸੋ ਇਸ ਕਰਕੇ ਲੋਕ ਜਿਹੜੇ ਲੋਕਤੰਤਰ ਦੇ ਵਿੱਚ ਬਾਈਕਆਊਟ ਜਿਹੜਾ ਵਾ ਉਹ ਨਹੀਂ ਹੋਣਾ। ਇਹ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਹੈ ਜਿਹੜਾ ਕਿ ਲੋਕ ਬੜੇ ਜਸ਼ਨ ਨਾਲ ਮਨਾ ਰਹੇ ਨੇ। ਆਪੋ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਆਪਣੇ ਵੋਟ ਦਾ ਇਸਤੇਮਾਲ ਕਰ ਰਹੇ ਨੇ, ਕਿਉਂਕਿ ਵੋਟ ਦੀ ਬਹੁਤ ਵੱਡੀ ਤਾਕਤ। ਜੇ ਅੱਜ ਸਾਡਾ ਦੇਸ਼ ਤਰੱਕੀ ਕਰ ਰਿਹਾ, ਵੱਡੀ ਤਾਕਤ ਬਣ ਚੁੱਕਿਆ ਪੂਰੇ ਸੰਸਾਰ ਦੇ ਵਿੱਚ, ਤਾਂ ਉਹ ਇਹ ਵੋਟ ਕਰਕੇ। ਲੋਕਤੰਤਰ ਜਿਹੜਾ ਸਾਡਾ ਦੇਸ਼ ਦਾ ਸਭ ਤੋਂ ਵੱਡਾ ਮਜ਼ਬੂਤ ਆ, ਸਾਡਾ ਇਹ ਥੰਮ ਹੈ, ਤੋ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਲੋਕਤੰਤਰ ਵਿੱਚ ਹੈ। ਲੋਕਤੰਤਰ ਦੇ ਅੰਦਰ ਲੋਕਾਂ ਨੂੰ ਅਨਿਆਇ ਔਰ ਜਿਹੜਾ ਇਨਸਾਫ ਮਿਲਦਾ ਔਰ ਨਿਆਏ ਮਿਲਦਾ ਔਰ ਲੋਕ ਆਪਣੇ ਹੱਕਾਂ ਦੇ ਲਈ ਲੜ ਸਕਦੇ ਨੇ। ਸੋ ਇਸ ਕਰਕੇ ਲੋਕਤੰਤਰ ਦੇ ਵਿੱਚ ਹੀ ਲੋਕਾਂ ਦਾ ਸਭ ਤੋਂ ਜ਼ਿਆਦਾ ਵਿਸ਼ਵਾਸ ਜਿਹੜਾ ਉਹ ਦੇਖਣ ਨੂੰ ਮਿਲਦਾ। ਸੋ ਇਸ ਕਰਕੇ ਅੱਜ ਅਸੀਂ ਸਾਰੇ ਇਸ ਤਿਉਹਾਰ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਹਾਂ ਔਰ ਚਾਹੁੰਦੇ ਹਾਂ ਕਿ ਚੰਗੀ ਸਰਕਾਰ ਬਣੇ, ਲੋਕਾਂ ਦੀ ਚੁਣੀ ਹੋਈ ਸਰਕਾਰ, ਤਾਂ ਕਿ ਅਸੀਂ ਜਿਹੜੀਆਂ ਵੈਲਫੇਅਰ ਸਕੀਮਸ ਨੇ ਉਹਨਾਂ ਨੂੰ ਹੋਰ ਅੱਗੇ ਵਧਾ ਸਕੀਏ। ਕਿੰਨਾ ਕੁ ਉਤਸ਼ਾਹ ਲੱਗਦਾ ਕਿ ਕਿੰਨੇ ਪਰਸੈਂਟੇਜ ਵੋਟ ਜਿਹੜੇ ਆ ਉਹਨਾਂ ਦੀ? ਦੇਖੋ ਮੈਂ ਤਾਂ ਇਹੀ ਅਪੀਲ ਕਰਾਂਗਾ ਕਿ ਹਰ ਵੋਟਰ ਨੂੰ ਵੋਟ ਪਾਉਣੀ ਚਾਹੀਦੀ ਹੈ। ਪਰਸੈਂਟੇਜ ਜਿਹੜੀ ਆ ਮੈਂ ਤਾਂ 100% ਪਰਸੈਂਟੇਜ ਦੀ ਮੰਗ ਕਰਦਾ ਕਿ ਜਿਹਦੀ ਵੀ ਵੋਟ ਬਣੀ ਹੋਈ ਆ, ਜਿਹਨੂੰ ਵੀ ਇਹ ਹੱਕ ਆ, ਉਹਨੂੰ ਆਪਣੇ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ। ਜਿਵੇਂ ਕਿ ਕਈ ਪਿੰਡਾਂ ਦੇ ਵਿੱਚ ਖੰਨੇ ਹਲਕੇ ਦੇ ਜੇ ਘੰਗਰਾਲੀ ਹੋ ਗਿਆ, ਗਾਜੀਪੁਰ ਹੋ ਗਿਆ, ਉੱਥੇ ਜਿਹੜੀਆਂ ਵੋਟਾਂ ਦਾ ਬਿਲਕੁਲ ਬਾਈਕਾਟ ਕਰਕੇ ਵੋਟਾਂ ਵੀ ਨਹੀਂ ਪਾਈਆਂ ਜਾ ਰਹੀਆਂ, ਉਹਦੇ ਬਾਰੇ ਕੀ ਕਹਿੰਦੇ? ਦੇਖੋ ਠੀਕ ਹੈ, ਕੋਈ ਵੱਡੀ ਸਮੱਸਿਆ ਕਿਸੇ ਪਿੰਡ ਦੀ ਆ, ਕਿਸੇ ਇਲਾਕੇ ਦੀ ਆ, ਲੋਕਾਂ ਦੀ ਆ, ਉਹ ਇੱਕ ਬਿਲਕੁਲ ਇੱਕ ਇਸ਼ੂ ਹੈਗਾ, ਮੈਂ ਸਮਝਦਾ ਇਸ ਗੱਲ ਨੂੰ। ਉੱਥੇ ਲੋਕਾਂ ਨੂੰ ਕਾਫੀ ਦਿੱਕਤ ਆ ਰਹੀ ਹੈ, ਪਰ ਇਹਦੇ ਨਾਲ ਵੋਟਾਂ ਦਾ ਬਾਈਕਆਊਟ ਕਰਕੇ ਕੋਈ ਹੱਲ ਨਹੀਂ ਹੈਗਾ। ਦੇਖੋ ਕਿਉਂਕਿ ਜੇ ਅਸੀਂ ਆਪਣੀ ਵੋਟ ਦਾ ਇਸਤੇਮਾਲ ਕਰਾਂਗੇ, ਆਪਣੀ ਵੋਟ ਨਾਲ ਅਸੀਂ ਸਰਕਾਰ ਬਣਾਵਾਂਗੇ, ਤਾਂ ਸਰਕਾਰ ਸਾਡਾ ਹੱਲ ਕੱਢੂਗੀ। ਸੋ ਇਸ ਕਰਕੇ ਲੋਕ ਜਿਹੜੇ ਲੋਕਤੰਤਰ ਦੇ ਵਿੱਚ ਬਾਈਕਆਊਟ ਜਿਹੜਾ ਵਾ ਉਹ ਨਹੀਂ ਹੋਣਾ।